ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਕੰਘਾ ਸਾਹਿਬ, ਪਿੰਡ ਦੁਲਚੀ ਮਾਜਰਾ ਵਿਖੇ। ਅੱਜ ਦੇ ਬਲੌਗ ਵਿੱਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਾਂਗੇ। ਇਸ ਸਥਾਨ ਦਾ ਇਤਿਹਾਸ, ਜੋ ਕਿ ਦਸਮ ਪਿਤਾ ਅਤੇ ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਹੈ, ਆਓ ਜਾਣਦੇ ਹਾਂ ਕੀ ਹੈ ਪੂਰਾ ਇਤਿਹਾਸ। ਪਿੰਡ ਦੁਲਚੀ ਮਾਜਰਾ, ਜੋ ਕਿ ਮਰਿੰਡੇ ਤੋਂ ਰੋਪੜ ਵਾਲੇ ਪੁਰਾਣੇ ਰੋਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਸਥਿਤ ਹੈ। ਇਸ ਪਿੰਡ ਦੇ ਕੋਲੋਂ ਪਹਿਲਾਂ ਨਦੀ ਵਗਦੀ ਹੁੰਦੀ ਸੀ। ਇਹ ਨਦੀ ਪਿੰਡ ਦਾ ਬਹੁਤ ਨੁਕਸਾਨ ਕਰਦੀ ਸੀ। ਸੱਤ ਪੋਹ ਵਾਲੇ ਦਿਨ, ਜਦੋਂ ਦਸਮ ਪਿਤਾ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਰੋਪੜ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿੱਚ ਰੁਕਣ ਤੋਂ ਬਾਅਦ ਪਿੰਡ ਬਾਹਮਣ ਮਾਜਰਾ ਹੁੰਦੇ ਹੋਏ ਪਿੰਡ ਦੁਲਚੀ ਮਾਜਰਾ ਇਸ ਸਥਾਨ 'ਤੇ ਪਹੁੰਚੇ, ਤਾਂ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਇਹ ਨਦੀ ਸਾਡੇ ਪਿੰਡ ਦਾ ਬਹੁਤ ਨੁਕਸਾਨ ਕਰਦੀ ਹੈ। ਇੱਧਰ ਸਾਡੇ ਖੇਤ ਹਨ ਅਤੇ ਉੱਧਰ ਸਾਡੇ ਘਰ ਹਨ, ਘਰਾਂ ਦਾ ਵੀ ਉਜਾੜਾ ਕਰਦੀ ਹੈ, ਖੇਤਾਂ ਦਾ ਵੀ ਉਜਾੜਾ ਕਰਦੀ ਹੈ। ਫਿਰ ਕਲਗੀਧਰ ਪਿਤਾ ਜੀ ਨੇ ਬਚਨ ਕੀਤਾ, ਉਸ ਦਿਨ ਤੋਂ ਬਾਅਦ ਇਸ ਨਦੀ ਨੇ ਪਿੰਡ ਦਾ ਬਿਲਕੁਲ ਵੀ ਨੁਕਸਾਨ ਨਹੀਂ ਕੀਤਾ। ਗੁਰਬਾਣੀ ਦਾ ਵੀ ਫਰਮਾਨ ਹੈ, ਭੈ ਵਿੱਚ ਪਵਨ ਬਹੇ ਸਦ ਬਾਓ, ਭੈ ਵਿੱਚ ਚਲੈ ਲੱਖ ਦਰਿਆਓ। ਲੱਖਾਂ ਦਰਿਆ ਪਰਮਾਤਮਾ ਦੇ ਭੈ ਵਿੱਚ ਹਨ। ਪਹਿਲਾਂ ਇਹ ਸਥਾਨ ਜੋ ਥੱਲੇ ਹੁੰਦਾ ਸੀ, ਫਿਰ ਜਦੋਂ ਇਸ ਸਥਾਨ ਦੀ ਸੇਵਾ ਚੱਲੀ, ਹੁਣ ਇਹ ਸਥਾਨ ਸੜਕ ਦੇ ਲੈਵਲ ਦੇ ਬਰਾਬਰ ਆ ਚੁੱਕਿਆ ਹੈ। ਸੱਤ ਪੋਹ ਵਾਲੇ ਦਿਨ ਇੱਥੋਂ ਦਸਮ ਪਿਤਾ ਜੀ ਲੰਘਦੇ ਹਨ ਅਤੇ ਉਸ ਤੋਂ ਅਗਲੇ ਹੀ ਦਿਨ ਅੱਠ ਪੋਹ ਵਾਲੇ ਦਿਨ ਇੱਥੋਂ ਮਾਤਾ ਗੁਜਰੀ ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਅਤੇ ਪਾਪੀ ਗੰਗੂ ਬਾਹਮਣ ਵੀ ਇੱਥੋਂ ਹੀ ਲੰਘਦੇ ਹਨ। ਜ਼ਰਾ ਸੋਚ ਕੇ ਦੇਖੋ, ਤੁਹਾਡਾ ਕੋਈ ਬੱਚਾ ਗਵਾਚ ਗਿਆ ਹੋਵੇ, ਤੁਸੀਂ ਉਹਦੀ ਭਾਲ ਵਿੱਚ ਹੋਵੋ, ਤੁਹਾਨੂੰ ਦੂਜੇ ਦਿਨ ਪਤਾ ਲੱਗੇ, ਬਾਅਦ ਵਿੱਚ ਪਤਾ ਲੱਗੇ ਕਿ ਜਿੱਥੇ ਤੁਸੀਂ ਅੱਜ ਲੱਭ ਰਹੇ ਹੋ, ਅਗਲੇ ਹੀ ਦਿਨ ਉਹ ਇੱਥੋਂ ਲੰਘੇ ਹੋਣ। ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਦੋਂ ਵਿਛੋੜਾ ਲਿਖਿਆ ਹੋਵੇ, ਵਿਯੋਗ ਲਿਖਿਆ ਹੋਵੇ, ਉਸਨੂੰ ਕੋਈ ਨਹੀਂ ਮੇਲ ਸਕਦਾ, ਪਰ ਜਦੋਂ ਸੰਜੋਗ ਲਿਖਿਆ ਹੋਵੇ, ਉਸਨੂੰ ਕੋਈ ਵਿਛੋੜ ਵੀ ਨਹੀਂ ਸਕਦਾ। ਜਦੋਂ ਸਰਸਾ ਨਦੀ 'ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਜੀ ਦੀ ਛੰਨ ਵਿੱਚ ਰਾਤ ਬਤੀਤ ਕਰਦੇ ਹਨ, ਇੱਧਰ ਪਾਪੀ ਗੰਗੂ ਬਾਹਮਣ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਗੁਰੂ ਪਰਿਵਾਰ ਵਿੱਚੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਰੋਪੜ ਦੇ ਇਲਾਕੇ ਵਿੱਚ ਹਨ, ਉਹ ਉਹਨਾਂ ਨੂੰ ਲੈਣ ਕੁੰਮਾ ਮਾਸ਼ਕੀ ਜੀ ਦੀ ਛੰਨ ਵਿੱਚ ਚਲੇ ਜਾਂਦਾ ਹੈ। ਉੱਥੋਂ ਛੋਟੇ ਸਾਹਿਬਜ਼ਾਦੇ ਇੱਕ ਖੱਚਰ 'ਤੇ ਬੈਠ ਜਾਂਦੇ ਹਨ, ਜਿਸ ਖੱਚਰ ਵਿੱਚ ਕੀਮਤੀ ਮੋਹਰਾਂ ਅਤੇ ਹੀਰੇ ਮੋਤੀ ਪਏ ਸਨ, ਜੋ ਮਾਤਾ ਗੁਜਰੀ ਜੀ ਨੇ ਸਾਂਭੇ ਹੋਏ ਸਨ। ਖੱਚਰ ਉੱਤੇ ਛੋਟੇ ਸਾਹਿਬਜ਼ਾਦੇ ਬੈਠ ਜਾਂਦੇ ਹਨ, ਗੰਗੂ ਪਾਪੀ ਅੱਗੇ ਅੱਗੇ ਹੋ ਜਾਂਦਾ ਹੈ। ਮਾਤਾ ਗੁਜਰੀ ਜੀ ਬਿਰਧ ਸਰੀਰ ਪਰਮਾਤਮਾ ਦੇ ਨਾਮ ਆਸਰੇ ਖੱਚਰ ਦੇ ਪਿੱਛੇ ਪਿੱਛੇ ਪੈਦਲ ਹੋ ਜਾਂਦੇ ਹਨ। ਅੱਤ ਦੀ ਸਰਦੀ ਹੈ ਅਤੇ ਹੱਡ ਚੀਰ ਦੀ ਸੀਤ ਹਵਾ ਚੱਲ ਰਹੀ ਹੈ। ਮਾਤਾ ਗੁਜਰੀ ਜੀ ਗੰਗੂ ਪਾਪੀ ਨੂੰ ਬਹੁਤ ਕਹਿੰਦੇ ਹਨ ਕਿ ਸਾਨੂੰ ਰੋਪੜ ਵੱਲ ਲੈ ਚੱਲ, ਕਿਉਂਕਿ ਗੁਰੂ ਸਾਹਿਬ ਜੀ ਉੱਧਰ ਹੀ ਗਏ ਹਨ, ਕਿਉਂਕਿ ਅਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਮਾਤਾ ਗੁਜਰੀ ਜੀ ਅਤੇ ਸਿੰਘਾਂ ਨੂੰ ਸਮਝਾਇਆ ਸੀ ਕਿ ਆਪਾਂ ਚਮਕੌਰ ਸਾਹਿਬ ਵਾਲੇ ਪਾਸੇ ਜਾਣਾ ਹੈ, ਅਤੇ ਮਾਤਾ ਗੁਜਰੀ ਜੀ ਨੂੰ ਵੀ ਪਤਾ ਸੀ ਕਿ ਗੁਰੂ ਸਾਹਿਬ ਜੀ ਰੋਪੜ ਗਏ ਹਨ, ਕਿਉਂਕਿ ਰੋਪੜ ਦੇ ਵਿੱਚ ਗੁਰੂ ਸਾਹਿਬ ਦੇ ਬਹੁਤ ਸਿੱਖ ਸ਼ਰਧਾਲੂ ਰਹਿੰਦੇ ਸਨ, ਅਤੇ ਮਾਤਾ ਗੁਜਰੀ ਜੀ ਦੇ ਧਿਆਨ ਵਿੱਚ ਕੋਟਲਾ ਨਿਹੰਗ ਖਾਨ ਵੀ ਸੀ। ਕੋਟਲਾ ਨਿਹੰਗ ਖਾਨ ਜੀ ਦੀ ਹਵੇਲੀ ਸਭ ਤੋਂ ਸੇਫ ਠਹਾਰ ਸੀ, ਪਰ ਗੰਗੂ ਪਾਪੀ ਨਹੀਂ ਸੀ ਚਾਹੁੰਦਾ ਕਿ ਮਾਤਾ ਗੁਜਰੀ ਜੀ ਰੋਪੜ ਵਿੱਚ ਜਾ ਕੇ ਕਿਸੇ ਸਿੱਖ ਸ਼ਰਧਾਲੂ ਨੂੰ ਮਿਲਣ, ਕਿਉਂਕਿ ਉਹਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ, ਲਾਲਚ ਆ ਜਾਂਦਾ ਹੈ। ਉਹ ਸੋਚਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਖਤਮ ਕਰਕੇ ਸਾਰੀ ਮਾਇਆ ਅਤੇ ਧਨ ਹੜੱਪ ਲਵੇ। ਉਹ ਮਾਤਾ ਗੁਜਰੀ ਜੀ ਨੂੰ ਕਹਿੰਦਾ ਹੈ ਕਿ ਰੋਪੜ ਵੱਲ ਜਾਣਾ ਸਹੀ ਨਹੀਂ ਹੈ, ਰੋਪੜ ਵੱਲ ਬਹੁਤ ਖਤਰਾ ਹੈ, ਉੱਥੇ ਸ਼ਾਹੀ ਫੌਜਾਂ ਘੁੰਮ ਰਹੀਆਂ ਹਨ, ਤੁਸੀਂ ਮੇਰੇ ਨਾਲ ਮੇਰੇ ਪਿੰਡ ਸਹੇੜੀ ਚੱਲੋ। ਮਾਤਾ ਗੁਜਰੀ ਜੀ ਉਸ ਦੀ ਗੱਲ ਮੰਨ ਲੈਂਦੇ ਹਨ ਅਤੇ ਉਸ ਦੇ ਨਾਲ ਪਿੰਡ ਸਹੇੜੀ ਵੱਲ ਨੂੰ ਚਾਲੇ ਪਾ ਦਿੰਦੇ ਹਨ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇਸ ਸਥਾਨ 'ਤੇ ਪਹੁੰਚਦੇ ਹਨ, ਮਾਤਾ ਗੁਜਰੀ ਜੀ ਪੱਧਰਾ ਜਿਹਾ ਸਥਾਨ ਦੇਖ ਕੇ ਗੰਗੂ ਨੂੰ ਕਹਿੰਦੇ ਹਨ ਕਿ ਕੁਝ ਦੇਰ ਆਰਾਮ ਕਰ ਲਈਏ। ਇੱਥੇ ਹੀ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਦਮਾਲੇ ਉਤਾਰੇ, ਕੇਸਾਂ ਨੂੰ ਕੰਘਾ ਕੀਤਾ ਸੀ, ਫਿਰ ਮੁੜ ਦਮਾਲੇ ਸਜਾਏ ਅਤੇ ਜਿਹੜੇ ਬਸਤਰ ਮੀਂਹ ਨਾਲ ਭਿੱਜ ਚੁੱਕੇ ਸੀ ਉਹਨਾਂ ਬਸਤਰਾਂ ਨੂੰ ਇਸ ਸਥਾਨ 'ਤੇ ਹੀ ਸੁਕਾਇਆ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਭੁੱਖ ਵੀ ਲੱਗੀ ਹੋਈ ਸੀ, ਜੋ ਕੁੰਮਾ ਮਾਸ਼ਕੀ ਜੀ ਦੀ ਛੰਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਲਈ ਮਾਈ ਲਛਮੀ ਜੀ ਨੇ ਭੋਜਨ ਭੇਜਿਆ ਸੀ, ਉਹ ਵੀ ਇਸ ਸਥਾਨ 'ਤੇ ਬੈਠ ਕੇ ਛਕਦੇ ਹਨ। ਫਿਰ ਅੱਗੇ
माता गुजरी जी और छोटे साहबजादे गंगू पापी नाल उहदे पिंड सहिड़ी वल नूं चाले पा दिंदे हन। इह सी गुरद्वारा श्री कंगा साहब पिंड दुलची माजरा दा पूरा इतिहास, किवें सत पोह वाले दिन इत्थों दसम पिता जी लंघदे हन अते उस तों अगले ही दिन अठ पोह वाले दिन इत्थों माता गुजरी जी अते छोटे साहबजादे साहबजादा जोरावर सिंह अते साहबजादा फतेह सिंह जी गंगू पापी नाल इत्थों लंघे सन। जेकर तुहानूं साडी अज दी वीडियो ते जानकारी चंगी लगी तां साडे फेसबुक पेज नूं फॉलो कर लेना जी अते यूट्यूब चैनल नूं सबसक्राइब कर लेना जी। तो सिख इतिहास विच अपना योगदान पाउण लई वीडियो नूं वध तों वध शेयर कर देना जी। मिलते हाँ अगले ब्लॉग विच। वाहिगुरू जी का खालसा, श्री वाहिगुरू जी की फतेह।